حسن صلوات قائلہ و علی آبائی فی آزہ ساعت و فی کل ساعت من ساتر لبنہار ولیجن و حافظ قائدم و ناصرم و دلیلم و اینم حتی تسکنہو ارزقتا ان و تمتعہو فی خات طبیلہ یا رب محمد و آل محمد و عجل فرج آل محمد رب صلی علی محمد و آل محمد پڑھو صلوات مل کے بلند آواز سے ممکن ہوئے تو اس تو اچھے آواز نہ لکھ صلوات پڑھو عبادت کرو اچھے آواز نہ لکھ صلوات تلاوت اللہ یا رسول اللہ ماشاءاللہ لا حول ولا قوة الا بالله العلی بسم اللہ الرحمن الرحیم صلوات الحمدللہ رب العالمین والعاقبۃ للمتقین والجنۃ للمؤمنین صلوات وصلات وسلام علی سید الانبیاء والمرسلین صلوات وَوَسِيَّهِ وَوَزِيرِهِ وَخَلِفَتِهِ وَوَارِثِ عِلْمِهِ عِلْمِ الْأَوَّلِينَ وَالْآخِرِينَ صَلَوَاتِ الَّذِي سمرتا ہے نظر بطولی فی یوم الخندق افضل من عبادت سقلا اللہ رہے حیدری وصلاة وسلام علی سیدت الجلیلات مخدومت اللہ محروم تائہ کا پیشی بھگتئیے اما اللہ تو اڈی ہے قبول فرماوے بسم اللہ بھائی چان کہیں غم میں چھائے نہ کرو اجڑ روندے پائیو اجڑ کے والی آلیا لانا بشدر ہے نسدس آیا حسن بشدر ہے نسدس آیا مادی قبر تو دور ہی جھن پئیے میری سین بائیں ودا کے آدھی اممہ اجڑ کے والے مولا تو ریاسو قبول شرم نہ کرو جی آئی مجلس جلو مڑو تو شرم نہ کرو
ਮੈਂ ਬਿਸਮਿਲ੍ਲਾ ਕਰਾਂ ਜਿਹੜੇ ਹੈ ਪੇ ਕਰਦੇ ਹੋ ਹਲਗੇ ਕਬਰ ਵੈਣ ਆਲੀਆ ਏਡੀ ਰੋਂਦੀ ਕਿਉਂ ਹੈ ਨੂੰ ਜ਼ਖਮੀ ਹੱਥ ਮਾਂ ਦੀ ਕਬਰ ਤੇ ਰੱਖ ਕੇ ਆਦੀਏ ਤਾਂ ਹੀ ਗ ਪੇਸ਼ੀ ਭੁਗਤਈਏ ਅੰਮਾ ਆਈ ਘਰ ਤਈ ਕੱਢਦੀ ਸਾਈਆ ਤੈ ਕੋ ਜ਼ਖਮ ਥਿਆ ਇੱਕ ਪਾਸ ਰਹੀਆਂ ਪੱਟੀਆਂ ਬਣਦੀਆਂ ਵਾਹ 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 ਕਿਆ ਕਹਿਣੇ ਯਾਰ ਤੁਹਾਡੀ ਹੈ ਤੇ ਅੱਛਾ ਮੈਂ ਨੌਕਰ ਤੈ ਕੋ ਜ਼ਖਮ ਹੋਇਆ ਇੱਕ ਪਾਸ ਰਹੀਆਂ ਪੱਟੀਆਂ ਬਣਦੀਆਂ ਦਾਈ ਹਲਗੇ ਕਬਰ ਵੈਣ ਆਲੀਆ ਮੈਂ ਵੀ ਦਰਬਾਰ ਗਈਆਂ ਤੈ ਕੋਈ ਵੱਖਰੇ ਦਰਬਾਰ ਡਿੱਠੇ ਆਦੀ ਅੰਮਾ ਕਬਰ ਤੋਂ ਬਹਿਰਾ ਤੇਰੇ ਮੇਰੇ ਦਰਬਾਰ ਚ ਢੇਰ ਸਰ ਫਰਕੇ ਡੇਦਾ ਕਿਹੜੇ ਹੱਥਾਂ ਤੇ ਮਾਤਮ ਦੀ ਮੋਹਰ ਲੱਗੀ ਹੋਈ ਏ ਤੇਰੇ ਮੇਰੇ ਦਰਬਾਰ ਚ ਢੇਰ ਸਰ ਫਰਕੇ ਕਿਹੜਾ ਜਾਣ ਕੇ ਆਦੀ ਨੀ ਡਿੱਠਾ ਲਾਲ ਤੈਨੇ ਭਰ ਜਾਇਆ ਮੇਰਾ ਹੌਸਲਾ ਦਲੇਖ ਮੈਂ ਵੀਰ ਮਰਾ ਅੱਲਾ ਤੋਲਾ ਗਿਰੀਆ ਕਬੂਲ ਕਰੇ ਅੱਛਾ 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 ਬਿਸਮਿਲ੍ਲਾ ਜਿਤਨੇ ਦਫ਼ਾ ਆਪਕੋ ਮੈਂ ਪੜ੍ਹਦਾ ਰਹਾਂ ਨੌਕਰਾਂ ਔਲ ਵੀ ਡਿੱਠਾ ਨਾਲ ਤੇਰੇ ਭਰ ਜਾਇਆ ਮੇਰਾ ਹੌਸਲਾ ਦਲੇਖ ਮੈਂ ਵੀਰ ਮਰਾ ਕਾਇਦ ਨਿਭਾ ਕੇ ਤੇਰੀ ਕਬਰ ਤੇ ਜੀਂਦੀ ਮੌਲਾ ਤੁਹਾਡੇ ਆਸੂ ਕਬੂਲ ਫਰਮਾਵੇ ਤੈ ਗਮ ਮੈਂ ਛਾਏ ਨਾ ਕਰੋ ਬਿਸਮਿਲ੍ਲਾ ਬਿਸਮਿਲ੍ਲਾ ਨੇਕ ਹਾਜਾਤ ਮਾਲਿਕ ਕਬੂਲ ਫਰਮਾਏ ਬਾਨੀ ਮਜਲਿਸ ਦੀ ਮਿਹਨਤ ਮਾਲਿਕ ਕਬੂਲ ਫਰਮਾਏ ਬਾਕਰ ਸ਼ਾਹ ਜਿਹਨਾਂ ਜਿਹਨਾਂ ਵੀ ਸਕੇ ਦੇ ਮੌਲਾ ਸਾਰਿਆਂ ਦੀ ਤੋਫੀਕਾਤ ਵਿੱਚ ਇਜ਼ਾਫਾ ਫਰਮਾਏ ਨੇਕ ਹਾਜਾਤ ਮਾਲਿਕ ਕਬੂਲ ਔਰ ਮਨਜ਼ੂਰ ਫਰਮਾਏ ਕੋਈ ਲੰਬੀ ਮਜਲਿਸ ਨਹੀਂ ਵਕਤ ਹੀ ਇਤਨਾ ਨਹੀਂ ਮੇਰੇ ਬਾਅਦ ਕਿਸੇ ਤਾਰਫ ਦੀ ਮੌਤ ਅੱਜ ਹਸਤੀ ਨਹੀਂ ਮੇਰੇ ਵਾਜਬ ਉਲ ਇਹਤਰਾਮ ਬਜ਼ੁਰਗ ਮੌਲਾ ਦੇ ਮਦਾ ਖਾਨ ਤਸ਼ਰੀਫ ਫਰਮਾਏ ਭਈ ਸ਼ਮਸੀ ਸਾਹਿਬ ਵੀ ਤਸ਼ਰੀਫ ਫਰਮਾਏ ਉਹ ਵੱਲ ਲਈਏ ਜਾਂ ਜੀਂਦਾ ਨਹੀਂ ਵੱਲਣਾ ਹਰ ਬੰਦੇ ਹੈ ਨਹੀਂ ਕੀਤੀ ਵੱਡੀ ਸਾਹਿਬ ਜੇ ਹੈ ਕੀਤੀ ਹੈ ਮੌਲਾ ਕਬੂਲ ਫਰਮਾਵੇ ਨੇ ਕੋਸ਼ਿਸ਼ ਕਰੋ ਅਗਰ ਸਫ਼ੇ ਅਜ਼ਾ ਵਿੱਚ ਆਏ ਗਏ ਹੋ ਆਂਸੂ ਨਾ ਨਿਕਲੇ ਤਾਂ ਹੈ ਕਰੋ ਚਾਹ ਮੈਂ ਕਿਹਾ ਉਹ ਵੱਲ ਲਈਏ ਜੈ ਜੀਂਦਾ ਨਹੀਂ ਵੱਲਣਾ ਅੱਛਾ ਚਲੋ ਰਿਕਤ ਸੋਹਣੀ ਹੈ ਮਜਲਿਸ ਵਿੱਚ ਚੰਦ ਮਾਤਮਿਆਂ ਦੀ ਅੱਖਾਂ 'ਚ ਆਂਸੂ ਨਜ਼ਰ ਆ ਰਹੇ ਆਂਸੂ ਦੇਖ ਕੇ ਜੁਮਲੇ ਦਾ ਇਜ਼ਾਫਾ ਪਿਆ ਕਰੇ ਨਾ ਮਦੀਨੇ ਦੇ ਬਾਹਰੋਂ ਆ ਕੇ ਮਹਮਲ ਰੁਕੇ ਪਰਦਾ ਹਟਾ ਕੇ ਪੁੱਛਦੀ ਪਈ ਹੈ ਸਾਹਮਣਾ ਸ਼ਹਿਰ ਕਿਹੜਾ ਹੈ ਤੁਸੀਂ ਹੈ ਨਹੀਂ ਕੀਤੀ ਬਾਕੀ ਸਾਰੇ ਸ਼ਾਮਲ ਮੌਲਾ ਤੁਹਾਡੇ ਗਿਰੀਆ ਕਬੂਲ ਫਰਮਾਵੇ ਮੌਲਾ ਤੁਹਾਡੇ ਆਂਸੂ ਕਬੂਲ ਫਰਮਾਵੇ ਸਾਹਮਣਾ ਸ਼ਹਿਰ ਅੰਮਾਈ ਸ਼ਹਿਰ ਨਾਲ ਤੇਰੇ ਢੇਰ ਸਾਰੇ ਰਿਸ਼ਤੇ ਤੇਰਾ ਨਾਨਕਾ ਤੇਰਾ ਦਾਦਕਾ ਤੇਰਾ ਪੇਕਾ ਤੇਰਾ ਸਾਹਰ ਮਦੀਨਾ ਨਿਵੇਸ ਹੋ ਜਾਣਾ ਸਮਝ ਵਜੋ ਇਹਦੇ ਕੋਲ ਵੱਡਾ ਮਸਾਹਿਬ ਕੋਈ ਨਹੀਂ ਇੱਕ ਲਫ਼ਜ਼ 'ਤੇ ਮੋਮਿਨ ਪੂਰੀ ਜ਼ਿੰਦਗੀ ਰੋਂਦਾ ਰਹਿੰਦਾ ਆਮ ਬਈ ਇੱਕ ਲਫ਼ਜ਼ 'ਤੇ ਇਸ ਕੋਲ ਔਖਾ ਲਫ਼ਜ਼ ਮੇਰੇ ਕੋਲ ਹੈ ਹੀ ਕੋਈ ਨਾ ਸਮਝੋ ਤਾਂ ਇਹਦੇ ਵਿੱਚ ਪੂਰਾ ਮਸਾਹਿਬ ਬਣਦੇ ਅੰਮਾ ਮਦੀਨਾ ਨਹੀਂ ਸੁਝਾਉਣਾ ਆਦਿ ਪਹਿਲੇ ਲਫ਼ ਸੁਣਨਾ ਫਿਰ ਹੈ ਕਰਨੀ ਹੈ ਸਜਾ ਤੇਰੀ ਇੱਜ਼ਤ ਦੀ ਕਸਮ ਹੈ ਤੇਰੇ ਪਿਓ ਦੇ ਕਾਤਲਾਂ ਜਗਾਇਆ ਹੀ ਇਤਨਾ ਹੈ ਰਾਤ ਬੁਲੰਦ ਹੁੰਦਾ ਪਏ ਮਾਤਾ ਵਾਸਤੇ ਕਹਿੰਦਾ ਮਾਤਾ ਜਗਾਇਆ ਇਤਨਾ ਹੈ ਮੇਰੀ ਦੀਦ ਮੁੱਕੀ ਮੇਰੇ ਮਦੀਨੇ ਬਸ਼ੀਰ ਐਲਾਨ ਕਰ ਜਿਸ ਨਾ ਹੀ ਵੱਲਣਾ ਉਹ ਵੱਲ ਆਈ
مدینے شہر چ بشیر اعلان پیا کردا ہے مدینے والےو عالیہ بھراہ مرا کے بل میں نیڑے آ گیا وین دے حاضری ضروری آئی بھائی بشیر دا اعلان ہر کہ سنا ہے ترائی ہستیاں اوکھا سن ایک مرد رو مستور مرد محمد انفیا مستور ہیں جو ایک اکبر دی بہن غیر حاضر نہیں رانا مجلس وچ ایک اکبر دی بہن بھائی غازی دی ماں انہاں لو ہستیاں مستور ہیں جو بہوں اوکھا اعلان سنا جدہ بشیر اعلان وعدہ کردہ مدینے آلیو آلی واللہ اور مظلوم کربلا دی شہادت دی خبر 12 محرم کو مدینے پہنچ گئی جڑے کبوتر روزے رسول تے راندے ان 28 رجب انہاں روزہ چھوڑا آلیہ سفر پرندے سفر آلیہ کربلا پرندے کربلا سد دا پانی بند تھے دیتے رہے ڈاہ دا ڈین چڑھائے دیتے رہے اکبر کو برچھی لگی نہ ڈٹھی غازی دے بازو قلم تھے نہ ڈٹھی کلا رہ گیا حسین کے لفظ پڑھا تے تو ہے کریں کلا رہ گیا حسین اپنے پرانال مظلوم دے سر تے چھاں بنا کے پچھ دے پین مولا تواڈی شہادت دے بعد اساں ایتھے ہی رہنے یا تواڈی بہن دے محمل نال شام میں کیڑا آزادار ہے جڑا ہے نہ کرے سی سی بسم اللہ بھجن میں نوکراں سیدہ دے تھوڑی دیر بعد میں کس ویساں میں نے گلے والا خون اپنے پراں تے مس کرے ہک تھی مدینے رہے بوتوں دیوار تے آ کے بیٹھے مکے میری پڑھائی جہاں دیوار دے سائے تلے اکبر دی بہن ستی پئی ہے تڑپ کیا دی ڈاڈی میرا بابا ول ہے پھر میں ول نہیں آیا بابا مارے آگے ہے حاضر رکھنا ذہن پھر اے بھی آسی آنسو بھی آسی آنسو دی خیرات ضرور مل سی اگر جھولی پھیلائی بیٹھے ہیں رومن والے عزاداروں اعلان مدینے چلو تھے ایک بشیر کی تا بیا محمد حنفیہ کی تا بشیر کی تا علی ولیے تے محمد حنفیہ بلند آواز نال پیا دن مدینے والے تھوڑی دیر تو بعد میں کوئی بچے گلی چ نظر نہ آوے چٹی داڑی والا یا یقوفی جڑے ہاتھ جوڑ کے آ دے منع جو کریں نے علی ولیے ایڈے سلجھے ایسا دارا چ مجلس پہ پڑھ دا شامل ہو نا تھکو نہیں نا اتنا لمبی مجلس تا میرے کو وقت ہی کوئی نہیں مولا دے مدا خان بھی تشریف فرمائے جڑے ہائے کریں دے پائے جڑے روندے پائے آلی ابلے فرمائے ہاں او ولائیے جین جیندہ نہیں ولی دو لفظ سنو آج میرا دل لے کے لو لفظ میں پڑھا محمد حنفیہ کھوڑے تے سوار ہوئے جنا سارے دروازے بند ہوئے سیدان دا دروازہ کھلے وچوں دو بی بیاں بہ رہی ہیں قبر حسین تے ممبر تے میرا ہاتھ ہے اس مسائب دا دکھ لفظ ہے دکھ لفظ جڑا میں پہ پڑھ دا اس تو اکھ لفظ کوئی نہیں دو بی بیاں بہ رہی ہیں فرق اتنا ہے جڑی بڑھڑی ہے وہ آپ پہ ٹر دی ہے تو سا ہے نہیں کی تیس لفظ تھے جڑی 7 سالان دیئے سارا دے اتنے ہی میں پڑھنا چاہنا بسم اللہ بھائی جان سلامت رو اتنے ہی میں پڑھنا محمد انفیہ اگو گھوڑا لایا پچھوں اے بی بیاں کلیاں نے ٹڑیاں مدینے دیاں ڈھیر ساریاں مستوراں کچھ سجوں کچھ کھبوں کچھ سامنے کچھ کھڑ پچھوں ادھ چکبر دی بہن اگو محمد انفیہ دے گھوڑے دے قدم ہوندن پچھو مستوراں ٹر دیئن پچھو اکبر دی بہن ٹر دیئے ایستا قدم پچھیں دی لفظ سنو میں وین کرا محمد انفیہ دا گھوڑا رکھے مستوراں دے قدم رکھن تے اکبر دی بہن رکھیے محمد انفیہ اتھو گھوڑا لایا پچھا وال اے دھی پچھا چاچا رکھ کیوں گائیو فرمائے بیٹا قدم نہ چاہ تیرے راحت کو مسافر بیٹھا چلو چند بندے تا جلدی سمجھ گئے میرا لفظ میں وین دے نیڑے آواں جعفری صاحب تیرے سامنے کوئی اجنبی بیٹھے
ਏਡੀ ਸਿੱਖ ਦੀ ਵਧੀ ਆਈ ਮਸਤੂਰਾਂ ਕੋ ਹਟਾ ਕੇ ਡਿੱਠਾ ਸੀ। ਬਹਿਣ ਖੜੀ ਹੋਵੇ ਬੂਹੇ ਤੇ, ਭਰਾ ਖੜਾ ਹੋਵੇ ਹਜ਼ਾਰਾਂ ਦੇ ਮਜਮੇ 'ਚ, ਉਹ ਬੂਹੇ ਤੂੰ ਖੜ ਕੇ ਦੱਸ ਦਿੰਦੀ ਹੈ ਜੋ ਫਲਾਂ ਨੂੰ ਘਰ ਤੇ ਮੇਰਾ ਭਰਾ ਖੜੇ, ਜਿਵੇਂ ਸੱਜਾ ਦੀ ਕਣ ਤੇ ਦੀਦ ਪਈ ਹੈ। ਕਦਾ ਨਾ ਬੋਲਣ ਵਾਲੀ ਹੱਥ ਜੋੜ ਕੇ ਆਦੀ ਚਾਚਾ, ਜਦਾਂ ਦਾ ਬਾਬਾ ਟੁਰੇ ਤੁਸੀਂ ਰੋਜ਼ਾਨਾ ਮੇਰੇ ਕੋਲ ਆਉਂਦੇ ਵੇ, ਮੇਰੇ ਕੋਲ ਪੁੱਛ ਦੇਵੇ ਧੀ ਦੁਖੀਆ ਕੋਈ ਹੁਕਮੇ ਤਾਂ ਦੱਸ, ਅੱਜ ਮਿੰਨਤ ਪਈ ਕਰੇ ਨੀ ਆ ਚਾਚਾ ਜਿਹੜਾ ਸਾਹਮਣੇ ਬੈਠੇ, ਅਗਰ ਆਖੇ ਨਾ ਮੈਂ ਉੱਠ ਨਾ ਸਕਦਾ। ਵਾਹ 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 ਵਾਹ, ਜਵਾਨੀ ਹੋਵੀ ਹੱਥ ਮਾਤਮ ਵਾਸਤੇ ਉੱਠ ਗਏ, ਇੱਥਾ ਨਾ ਰੋਸੇ ਇੱਥਾ ਹੈ ਨਾ ਕਰੇ ਸਕਦਾ ਕਿੱਥਾ ਕਰੇ ਸਕਦਾ। ਮੈਂ ਬਿਸਮਿਲ੍ਲਾ ਖਰਾ, ਮੈਂ ਨੌਕਰ ਹਾਂ ਭਾਈ ਜਾਨ, ਮੌਲਾ ਜ਼ਿੰਦਗੀ ਕਰੇ ਤੁਹਾਡੀ, ਮੈਂ ਵੱਧ ਪੜ੍ਹ ਦੇਣਾ ਜਿਹੜਾ ਸਾਹਮਣੇ ਬੈਠੇ ਨੌਕਰ ਹਾਂ, ਅਗਰ ਇਹ ਆਖੇ ਨਾ ਮੈਂ ਉੱਠ ਨਹੀਂ ਸਕਦਾ ਤੋ ਤਕਲੀਫ ਨਾ ਦੀਵੇ। ਬੇਟਾ ਅੱਜ ਨਬੀ ਦੀ ਸਿਫਾਰਿਸ਼ ਅਦੇ ਚਾਚਾ, ਮੈਂ ਭੁੱਲਣ ਵਾਲੀ ਨਹੀਂ ਚਾਚਾ, ਤੇਰੀ ਇੱਜ਼ਤ ਦੀ ਕਸਮ ਹੈ, ਕੰਡ ਵਾਲੇ ਪਾਸੋਂ ਦੇਖਾਂ ਤਾਂ ਸਜਾਦ ਨਾ ਜਾਫਰੀ ਸਾਹਿਬ ਕਰੂੰ ਮੈਂ ਅੱਖੀਆਂ ਵਿੱਚ ਰੱਤ ਜ਼ਮੀਨ ਪਈ ਪੁੱਛਦੀ, ਇਹ ਇਸ ਤਰੀਕੇ ਨਾਲ ਮੌਲਾ ਬੈਠੇ ਤੇ ਰੋਂਦੇ ਪਏ। ਮੁਹੰਮਦ ਅਨਫੀਆ ਨਾਲ ਹੀ ਘੋੜਾ ਲਾਇਆ। ਇੱਕ ਬਜ਼ੁਰਗ ਜ਼ਾਕਿਰ ਬੜਾ ਸੋਹਣਾ ਜੁਮਲਾ ਪੜ੍ਹੇ, ਇਸ ਤੋਂ ਅਖਮਾ ਸਾਹਿਬ ਦੇ ਲਫ਼ਜ਼ ਹੈ ਕੋਈ ਨਾ, ਸ਼ਾਮ ਵਿੱਚ ਕਹਿ ਅਜ਼ਾਰੀ ਅੱਖ ਹੈ ਤੇ ਇੰਝ ਨਹੀਂ ਰੁਣਨਾ, ਸ਼ਾਮ ਵਿੱਚ ਕਹਿ ਕੈਦੀ ਅੱਖ ਹੈ ਤੇ ਇੰਝ ਨਹੀਂ ਰੁਣਨਾ, ਕਹਿ ਫਿਰਾਵਾਂ ਮੋਇਆ ਅੱਖ ਹੈ ਤੇ ਇੰਝ ਨਹੀਂ ਰੁਣਨਾ, ਜਦੋਂ ਸੱਕੇ ਚਾਚੇ ਨੇੜੇ ਆ ਕੇ ਆਖੇ ਬੁੱਢੜਾ ਮੇਰਾ ਸਲਾਮ। ਵਾਹ 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 ਵਾਹ, ਅਮੀਰ ਹੀ ਬੰਦਾ ਜਦੀ ਹੈ ਨਹੀਂ ਆਈ ਬਈ, ਸੁਭਾਨ ਅੱਲਾ, ਭਲਾ ਉਹਨੇ ਦਰਦਾਂ ਨਾਲ ਹੈ ਕਰਨ ਵਾਲੇ ਕਿਆ ਕਹਿਣੇ, ਬੜੀ ਰੂਹਾਨੀਅਤ ਮਜਲਿਸ ਵਿੱਚ ਮੈਂ ਨੌਕਰ ਹਾਂ, ਮੌਲਾ ਸੁ ਕਬੂਲ ਫਰਮਾਵਨੇ, ਰੋਣ ਵਾਲੇ ਅਜ਼ਾਦਾਰ ਹੋ ਰੁੜਾ ਮੇਰਾ ਸਲਾਮ ਹੋ, ਸਰ ਚਾਹੇ ਜਵਾਨ ਚਾਚਾ ਮੇਰਾ ਸਲਾਮ, ਚਿੱਟੀ ਦਾੜੀ ਹੈ ਤੁਮੇ ਕੋ ਚਾਚਾ ਸਰੇ ਨੇ ਰੋਕਿਆ ਦੇ ਵਾਲ ਚਿੱਟੇ ਹੋਣ ਨਾਲ ਰਿਸ਼ਤੇ ਮੁੱਖ ਤਾਂ ਨਹੀਂ ਨਵੇਂ। ਮੁਸਾਫਿਰ ਤੇਰੀਆਂ ਅੱਖਾਂ ਜ਼ਖਮੀ ਹਨ, ਕੋਈ ਨਾ ਸਮਝੇ ਗਿਲਾ ਹੀ ਨਹੀਂ, ਜਿਹੜੇ ਬਜ਼ੁਰਗ ਬੈਠੇ ਹੋ ਜਿਨ੍ਹਾਂ ਦੀ ਜ਼ਿੰਦਗੀ ਗੁਜ਼ਰ ਗਈ ਸਫ਼ੇ ਅਜ਼ਾਬ ਮਜਲੇ ਸੇ ਅਜ਼ਾ ਸੁਣਦੇ, ਮੈਂ ਉਹਨਾਂ ਵਾਸਤੇ ਇੱਕ ਲਫ਼ਜ਼ ਛੋੜ ਕੇ ਪਿਆ ਵੈ, ਮੁਸਾਫਿਰ ਤੇਰੀਆਂ ਅੱਖਾਂ ਜ਼ਖਮੀ ਹਨ, ਮਿੱਟੀ ਛੋੜ ਕੇ ਫਰਮੈਂਦੇ ਨੇ ਅੱਖਾਂ ਨਹੀਂ ਮੇਰਾ ਹਾਂ ਜ਼ਖਮੀ। ਮੁਸਾਫਿਰ ਸਮਝ ਨਹੀਂ ਆਉਂਦੀ ਤੇਰੇ ਨਾਲ ਉੱਚਾ ਬੋਲਣ ਕੋ ਦਿਲ ਨਹੀਂ ਕਰਦਾ, ਮਗਰ ਮੈਂ ਮਜਬੂਰ ਹਾਂ, ਮੈਂ ਮਜਬੂਰ ਹਾਂ, ਮੇਰੇ ਨਾਲ ਇਹ ਥੀ ਆਇਆ ਹੀ ਵਜ੍ਹਾ ਤੂੰ ਆ ਉਠਾਵਾਂ ਮਿਹਰਬਾਨੀ ਉਠਾਵਾਂ ਨਾ ਹਾ, ਮਗਰ ਮੈਂ ਮਜਬੂਰ ਹਾਂ, ਮੇਰੇ ਨਾਲ ਧੀਏ ਸਮਝ ਨਹੀਂ ਆਉਂਦੀ। ਮੌਲਾ ਦੇ ਬੜੇ ਮਨਜ਼ੂਰੇ ਨਜ਼ਰ ਮਦਾ ਖਾਨ ਮੇਰੇ ਬਾਅਦ ਤਸ਼ਰੀਫ ਫਰਮਾਇਨ, ਬਜ਼ੁਰਗ ਤਸ਼ਰੀਫ ਫਰਮਾਇਨ, ਮੌਲਾ ਜਾਣਦੇ ਇਸ ਲਫ਼ਜ਼ 'ਚ ਮਜਲਿਸ ਬਣਦੇ, ਸਮਝਾਏ ਜ਼ਰੂਰ ਜ਼ੀਨ ਤੇ ਬਹਿ ਕੇ ਆਦੇ, ਸਮਝ ਨਹੀਂ ਆਉਂਦੀ ਤੇਰੀ ਜ਼ੁਬਾਨ ਹਲਦੀ ਏ ਮੇਰਾ ਦਿਲ ਹਲਦਾ, ਭਲਾ ਉਹਨੇ ਜੇ ਤੂੰ ਹੈ ਪੇ ਕਰਦੇ ਹੋ ਯਾਰ ਹੈ ਬੁਲੰਦ ਕਰੋ, ਮੈਂ ਬਹਿਣ ਸ਼ੁਰੂ ਕਰਾਂ, ਸਮਝ ਮੈਂ ਨਾ ਕਰਾਂ ਤੇਰੀ ਜ਼ੁਬਾਨ ਹਲਦੀ ਏ ਮੇਰਾ ਦਿਲ ਹਲਦਾ, ਵੈਣ ਵੱਧ ਗਏ ਫਰਮਾਇ ਉਠਾਵਾਂ ਨਾ ਹਾ, ਮਗਰ ਮੈਂ ਮਜਬੂਰ ਹਾਂ, ਮੇਰੇ ਨਾਲ ਧੀਏ ਆਇਆ ਹੀ ਵਜ੍ਹਾ ਤੂੰ ਆ ਰਸਤਾ ਛੋੜ, ਰਸਤਾ ਮੈਨੂੰ ਭਾਈ ਵੈਣ ਵੱਧ ਗਏ ਰਸਤਾ ਛੋੜ, ਤੜਪ ਕੇ ਪੇ ਫਰਮੈਂਦੇ ਨਾ ਉਠਾ, ਬੜੀ ਮੁੱਦਤ ਬਾਅਦ ਮੈਂ ਆਪਣੀ ਮਰਜ਼ੀ ਨਾਲ ਅੱਜ ਬੈਠਾ।
چند بندے بٹی صاحب جی نہ دی ہے نہیں آئی، باقی سارے شامل ہو گئے ہو. میں کوشش کر رہا ہوں کہ انہوں دا آنسو آوے تے بیٹھ شروع کراں. بھائی جان بیٹھ بت گئے. زین تو جھکے آئے مسافر، میں مجبور ہاں، میں مجبور ہاں علی دا پتر ہو کے تیری منت کر رہا ہوں، رستہ چھوڑ میرے نال تھی ہے. فرمایا نہ اٹھا، میں تھک کے بیٹھا. پہلے وین تے مورے چھولی پھیلا، میں وین کرنے لگا. رون والے عزادار وکھاں وسیئن زین تے جھکے نیڑے آ کے پہ فرمائندن، او رات رون والا اگر میں تے کو دساں جو میرے نال کون ہے پھر رستہ چھوڑ دے سے. اگر میں تے کو دساں، بسم اللہ بسم اللہ، میں نوکر سے اگر میں دساں جو میرے نال کتنی بڑی پردادار ہے پھر رستہ چھوڑ دے سے. فرمائے دس سیدہ دے کلا نہیں میرے نال سجا دیوڑ. مرحبا، ہاتھ چاہو ہاتھ چاہو ماتم واسطے اگر ماتمی بن کے آئے ہو. نوکرا نوکرا جعفری صاحب والا ہے قبول فرما نے. بسم اللہ، بھلا ہونے جڑے ماتم کرے دے پائے جڑے ہے کر سکتے. سیدہ دے کلا نہیں میرے نال سجا دی بہنے تو سہے کی تیے رات ود پئیے پاکر دا سہارا گن گیا دے نروا. میں کلا نہیں میرے نال باس دی بہنے. مرحبا، شرم نہیں کرنا شرم نہیں کرنا. بسم اللہ، میرا چند ماتم کرنا ہے جڑے ہائے پہ کریں دے نوکرا. بابا اچھا بزرگوں میں نوکرا. فرمائے کلا نہیں میرے نال یا باسی وینے. رون والے عزادار محمد نفیہ دے مسافرہ تیرے میرے پردادار انچ ڈھیر سارا فرق ہے. سیدہ دے کیڑا محمد دے مسافرہ جڑیاں میرے نال انہوں نے کھڑن دیا عادت کوئی نہیں ہے. بڑے رونے پاکر دا بابا سیدہ دے نروہ کھڑیاں بھی کنہی نان مگر یزید دربار جو میری جاؤں سالہ دی بہن آئی او میرے نیڑے آکے آدھی سجاد بھرا او میں تھک بھئی. اللہ مان اللہ مان اللہ چاہو نہ ماتا نوکرہ او جوانی ہوئی او زندگی ہوئی. بسم اللہ، نوکرہ سارے شامل ہو جڑے ہے پہ کر دے ہو نوکرہ. بسم اللہ، ہک وین دی اجازت بھائی جان جس وین تے مہر لگی ہوئی ہے. رمن والے عزادار وین ود گئے. فرمائے رستہ چھوڑ میرے نال جلدیاں پر ددار ان سیدہ دے نہ اٹھا جڑیاں میرے نال نونن بناوہ دی موت کھا گئے. ممبرت میرا ہاتھ بھائی جانی وین دے بعد میرے حصے دے مجلسہ مکمل تھی وین جان. محمد نفیہ لہجہ بدل گیا دے مسافر اگر تیری جھاو کوئی بیا ہوں گا میں اپنے تیکے نال اٹھاواں. سیدہ دے پاکر میری گن تو چولا چا او ماتمیوں پاکر چولا چایا نہیں چولا چھوڑایا یا حرفی آدھی گن دے دید پہیے گھوڑے تو لے آیا یا کان چم گیا دے لگ دے چھڑاوانا لگوئے نا سیدہ دے مارانا لے بلمان. اللہ مان نوکرہ مولا سو قبول فرماؤنے. بسم اللہ، ہچاؤنا سارے شامل ہونا ہے جو سارے ماتمی بن گئے ہو. بسم اللہ، میں نوکرہ مارانا لے بدلے میری کان نہ بدلی سیادہ دے کان کرے نا اپنیا دھیاں کواک میری کان پیچھو لانگ بجلا بندے آدن شیعہ دے ہوننا آزمانا سدار ہونے آیا اللہ دے جہان تے پہلا منظر بنے سکا پھرائے جے کان کی دیئے سکی بہنے جڑی پردے بنا کے گزر دی بھئیے عجیبے دکھیاں بہلے قدم چین سیادہ تو مٹی چھوڑ گئے بھائی ودا کے آدھے اوبال ہی نہ ٹورا او اکبر کو. اللہ مان اللہ مان اللہ مان
ਇੰਜ ਨਹੀਂ ਜਿਵੇਂ ਮੇਰਾ ਦਿਲ ਉਂ ਤਿਆਰੀ ਕਰੋ, ਦੋ ਮਿੰਟ ਦੀ ਬਕਾ ਜਾ ਮਜਲਿਸ ਬਿਸਮਿਲ੍ਲਾ ਜਿਹੜੇ ਹੈ ਪੈ ਕਰਦੇ ਹੋ ਰਮਣ ਵਾਲੇ ਅਜ਼ਾਦਾਰ ਪਾਕਰ ਬਰਦਾਸ਼ਤ ਨਹੀਂ ਕਰ ਸਕਾ ਬੀਬੀਆਂ ਦੇ ਜੁਰਮਟ ਚੋ ਗੁਜ਼ਰ ਕੇ ਦੁਖੀਆ ਦੇ ਦਮਨ ਹੱਥੋਂ ਦਮਨ ਕੁਛ ਕੀਆ ਯੇ ਬੀਬੀਆਂ ਦੇਖੋ ਲੈ ਮੈਂ ਅੱਬਾਸ ਦੀ ਭਤਰੀਜੀਆ ਸੈਯਦਾ ਦੇ ਮੈਂ ਕੁਛ ਜਾਣ ਮੈਂ ਤੇਰਾ ਭਤਰੀਜਾ ਬਾਕਰਾ ਮੂੰਹ ਚੁੰਮ ਕੇ ਆਦੀਏ ਆਪ ਵੱਲ ਬਬਲ ਵੀ ਪਰਦੇ ਬਣਾ ਕੇ ਲੰਘਿਆ ਜਲਦੀ ਦੇ ਨਾਲ ਪਿੱਛਾ ਵੱਲੀਏ ਹੱਥ ਜੋੜ ਕੇ ਆਦੀਏ ਨਾਰਾਜ਼ ਨਹੀਂ ਵੇ ਮੈਂ ਸੁਣਾਣਾ ਕੋਈ ਨਹੀਂ ਸੈਯਦਾ ਦੇ ਕੋਈ ਨਾਰਾਜ਼ ਨਹੀਂ ਮੌਤ ਦੇ ਮਾਰੇ ਆਗੂ ਕੋਈ ਨਹੀਂ ਸੁਝਣੇ ਦਾ ਆਦੀਏ ਕਿਵੇਂ ਸੁਝਾਣਾ ਵਤਨ ਟੁੱਟ ਰਹਾ ਵੇ ਤੇਰੀ ਕਮਰ ਤਾਂ ਝੁਕੀ ਹੋਈ ਕੋਈ ਨਹੀਂ ਭੈਣ ਦੇ ਗੱਲ ਚ ਬਹੀ ਪਾ ਕੇ ਆਦਿਆ ਨਰੂਆ ਮੇਰੀ ਅਕਬਰ ਕਮਾਰ ਉਹ ਤਰੋੜ ਗਿਆ ਮੇਰੀ ਅਕਬਰ ਕਮਾਰ ਉਹ ਤਰੋੜ ਗਿਆ ਉਹ ਮੇਰਾ ਹੌਸਲਾ ਹੌਸਲਾ ਉਹ ਮੇਰਾ ਹੋ ਗਿਆ ਜਮਾ ਦਬਾਏ ਦਰਬਾਰ ਦਾ ਦਾਖਲਾ ਹਾਏ ਫੁੱਫੀਆਂ ਦਾ ਅਗਿਆ ਜਿਗਰ ਸਜਾਦ ਦਿਖਾਏ ਜਿਹੜੇ ਹਲਕੇ ਦੇ ਮਾਤਮੀਓ ਤੁਸਾਂ ਰੋ ਕੇ ਅਗਲਾ ਮੈਂ ਤੁਸਾਂ ਬਰਦਾਸ਼ਤ ਨਹੀਂ ਕਰਨਾ ਜਾਫਰੀ ਸਾਹਿਬ ਕਈ ਵੇਲੇ ਸਜੇ ਵਹਿੰਦੀ ਹੈ ਕਈ ਵੇਲੇ ਖਬੇ ਵਹਿੰਦੀ ਹੈ ਸਜਾ ਦਾ ਦੇ ਕਿਹੜੀ ਸ਼ੈ ਗੁਲੇਂਦੀ ਹੈ ਆਦੀ ਮੰਨ ਗਈਆ ਤੂੰ ਸਜਾ ਦੇ ਮੰਨ ਗਈਆ ਇਹ ਬਾਕਰੇ ਮੰਨ ਗਈਆ ਉਹ ਮੇਰੀਆਂ ਫੁੱਫੀਆਂ ਸਾਰੇ ਵੱਲ ਆਇਓ ਉਹ ਮੇਰੀ ਅੰਮਾ ਰਬਾਬ ਨਹੀਂ ਆਈ ਸਹੀਆ ਦਾ ਦੇ ਉਹ ਧੁੱਪ ਦੇ ਰੋਂਦੀ ਬੈਠੀ ਹੈ ਆਦੀ ਇਹ ਮੇਰੀ ਮਾਂ ਹੈ ਅੱਲਾ ਦੇ ਨਾਂ ਦੇ ਦੱਸਿਆ ਕਿਉਂ ਖਾਲੀ ਏ ਝੋਲੀ ਹਾਏ ਅੰਮਾ ਮੇਰੀ ਦੀ ਉਹ ਮੇਰਾ ਕੀ ਲਗਾਏ ਅਸਗਰ ਬਿਸਮਿਲ੍ਲਾ ਕਰਦੇ ਰਹੋ ਮਾਤਮ ਕਰਦੇ ਰਹੋ ਮਾਤਮ ਉਹ ਕਿਉਂ ਖਾਲੀ ਏ ਯਾ ਹੁਸੈਨ ਉਹ ਕਿਉਂ ਖਾਲੀ ਏ ਝੋਲੀ ਹਾਏ ਮਾਂ ਮੇਰੀ ਦੀ ਉਹ ਮੇਰਾ ਕੀ ਲਗੀ ਅਸਗਰ ਹਾਏ ਵੀਰ ਉਹ ਜਿਹੜੀ ਵੀ